आरती एसोसिएशन फगवाड़ा की एक विशेष मीटिंग मार्केट कमेटी फगवाड़ा के चेयरमैन नरेश भारद्वाज की अगवाई हेठ कमेटी के दफ्तर विखे हुई, जिस विच विशेष तौर पर हलका फगवाड़ा के विधायक बलविंदर सिंह धालीवाल ने शिरकत की। मीटिंग विच आरती एसोसिएशन वालों कोरोना वायरस के चलद मुख्यमंत्री रिलीफ फंड के तौर पर 151,000 रुपये की राशि भेजी गई। इस मौके बलविंदर सिंह धालीवाल ने कहा कि यह बहुत ही खुशी वाली गल है कि आरती एसोसिएशन ने सरकार लिए शलाघाजोग उपरला किया है। उन्होंने कहा कि फगवाड़ा शहर की हर संस्था ने शहर के लोगों के लिए तरह तरह का योगदान पाया, जिसल वह संस्थावं भी बधाई दियां पात्र ने। ਸਾਡੇ ਸਾਰਿਆਂ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਆਰਤੀ ਐਸੋਸੀਏਸ਼ਨ ਵੱਲੋਂ ਜਿਹੜਾ ਹੈਗਾ ਆਪਣੇ ਕੋਰੋਨਾ ਮਹਾਂਮਾਰੀ ਦੇ ਅਗੇਂਸਟ ਜੋ ਕਿ ਬੜੀ ਜੰਗੀ ਪੱਧਰ 'ਤੇ ਸਾਰੇ ਪੰਜਾਬ ਵਿੱਚ ਲੜਾਈ ਲੜੀ ਜਾ ਰਹੀ ਹੈ, ਉਸ ਵਿੱਚ ਸਾਰੇ ਹੀ ਆਰਤੀ ਐਸੋਸੀਏਸ਼ਨ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਜਿਹੜਾ 151,000 ਦੇ ਜਿਹੜੇ ਮਾਈਕ ਸਹਾਇਤਾ ਜਿਹੜੀ ਹੈਗੀ CM ਸਾਹਿਬ ਦੇ ਰੀਫੰਡ ਵਿੱਚ ਭੇਜੀ ਗਈ ਹੈਗੀ। ਔਰ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਇਹ ਕੋਰੋਨਾ ਦੇ ਖਿਲਾਫ ਜਿਹੜੀ ਲੜਾਈ ਲਗਭਗ 2.5 ਮਹੀਨੇ ਤੋਂ ਚੱਲ ਰਹੀ ਹੈ ਉਹ ਸਾਰੀ ਦੁਨੀਆ ਵਿੱਚ ਲੜੀ ਜਾ ਰਹੀ ਹੈਗੀ। ਤੋ ਇਸ ਲੜਾਈ ਵਿੱਚ ਜਿੱਥੇ ਸਾਰੇ ਹੀ ਸਰਕਾਰੀ ਅਦਾਰਿਆਂ ਨੇ ਫਰੰਟ ਤੇ ਲੜਾਈ ਲੜੀ ਹੈਗੀ ਆ, ਉੱਥੇ ਹੀ ਵੱਖ ਵੱਖ ਪੋਲੀਟੀਕਲ ਪਾਰਟੀਆਂ, ਵੱਖ ਵੱਖ ਸਮਾਜਿਕ ਜਥੇਬੰਦੀਆਂ, ਵੱਖ ਵੱਖ ਜਿਹੜੀਆਂ NGOs, ਵੱਖ ਵੱਖ ਹੋਰ ਧਾਰਮਿਕ ਸੰਸਥਾਵਾਂ ਜਿਹੜੀਆਂ ਸਨ, ਉਹਨਾਂ ਵੱਲੋਂ ਜਿਹੜਾ ਹੈਗਾ ਕਿਸੇ ਨਾ ਕਿਸੇ ਰੂਪ ਵਿੱਚ ਜਿਹੜੀ ਹੈਗੀ ਆ ਇਸ ਕੋਰੋਨਾ ਦੇ ਖਿਲਾਫ ਲੜਾਈ ਵਿੱਚ ਯੋਗਦਾਨ ਪਾਇਆ ਗਿਆ ਹੈਗਾ। ਕਿਸੇ ਨੇ ਲੰਗਰ ਦੀ ਸੇਵਾ ਕੀਤੀ ਹੈਗੀ ਹੈ, ਕਿਸੇ ਨੇ ਰਾਸ਼ਨ ਦੀ ਸੇਵਾ ਕੀਤੀ ਹੈਗੀ ਆ, ਕਿਸੇ ਨੇ ਦਵਾਈਆਂ ਦੀ ਸੇਵਾ ਕੀਤੀ ਹੈਗੀ ਹੈ। ਤਾਂ ਮੇਨ ਇਹਦਾ ਪਰਪਸ ਇਹੀ ਸੀਗਾ ਕਿ ਅਸੀਂ ਸਾਰਿਆਂ ਨੇ ਇੱਕਜੁੱਟ ਹੋ ਕੇ ਜਿਹੜਾ ਹੈਗਾ ਅਸੀਂ ਇਹ ਲੜਾਈ ਲੜਨੀ ਸੀਗੀ। ਤੋ ਇਸ ਵਾਸਤੇ ਮੈਂ ਸਾਰੇ ਹੀ ਫਗਵਾੜਾ ਵਾਸੀਆਂ ਦਾ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਬੜਾ ਸੰਯਮ ਰੱਖ ਕੇ ਇਸ ਲੜਾਈ ਵਿੱਚ ਜਿੱਥੇ ਆਪਣਾ ਯੋਗਦਾਨ ਪਾਇਆ ਹੈਗਾ ਉੱਥੇ ਹੀ ਉਹਨੇ ਸੰਯਮ ਵੀ ਵਰਤਿਆ ਹੈਗਾ। ਇਸ ਮੌਕੇ ਤੇ ਕਮੇਟੀ ਪ੍ਰਧਾਨ ਨਰੇਸ਼ ਭਾਰਦਵਾਜ ਨੇ ਕਿਹਾ ਕਿ ਅੱਗੇ ਤੋਂ ਵੀ ਸਰਦਾਰ ਧਾਲੀਵਾਲ ਜੋ ਵੀ ਡਿਊਟੀ ਲਗਾਉਣਗੇ ਉਸ ਦੀ ਪੂਰੀ ਪਾਲਣਾ ਕੀਤੀ ਜਾਵੇਗੀ, ਜੋ ਕਿ ਲੋਕ ਹਿੱਤ ਨੂੰ ਸਮਰਪਿਤ ਹੋਵੇਗੀ। ਆਰਤੀ ਐਸੋਸੀਏਸ਼ਨ ਦੀ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਬਹੁਤ ਹੀ ਮਾਣ ਤੇ ਸਤਿਕਾਰਯੋਗ MLA ਸਾਹਿਬ ਸਾਹਿਬ ਬਲਵਿੰਦਰ ਸਿੰਘ ਜੀ ਧਾਲੀਵਾਲ ਆਏ। ਉਹਨਾਂ ਨੂੰ ਅਸੀਂ ਵਿਸ਼ੇਸ਼ ਤੌਰ ਤੇ ਬੁਲਾਇਆ ਸੀ ਕਿਉਂਕਿ ਪਿੱਛੇ ਕੋਰੋਨਾ ਦੀ ਜੋ ਮਹਾਂਮਾਰੀ ਪਿਛਲੇ 2 ਮਹੀਨੇ ਤੋਂ ਚੱਲ ਰਹੀ ਆ ਉਹਦੇ ਸੰਬੰਧ ਦੇ ਵਿੱਚ CM ਰਿਲੀਫ ਫੰਡ ਲਈ ਸਾਨੂੰ ਯੋਗਦਾਨ ਪਾਉਣ ਲਈ ਇਹਨਾਂ ਨੇ ਪ੍ਰੇਰਿਆ ਸੀ। ਆੜਤੀ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਉਸ ਦੇ ਵਿੱਚ ਜਿਹੜਾ ਆਪਣੀ ਨੇਕ ਕਮਾਈ ਦੇ ਵਿੱਚੋਂ 151,000 ਦੀ ਜਿਹੜੀ ਆ RTH CM ਰਿਲੀਫ ਫੰਡ ਲਈ ਕੀਤੀ ਆ। ਮੈਂ ਜਿੱਥੇ ਸਾਰੇ ਆੜਤੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਉੱਥੇ ਹੀ ਨਾਲ ਸਾਹਿਬ ਬਲਵਿੰਦਰ ਸਿੰਘ ਧਾਲੀਵਾਲ ਜੀ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਜਿਹੜਾ ਇਸ ਮੀਟਿੰਗ ਦੇ ਵਿੱਚ ਆ ਕੇ ਸਾਡੀ ਇਹ ਛੋਟੀ ਜਿਹੀ ਰਕਮ ਨੂੰ ਜਿਹੜਾ ਐਕਸੈਪਟ ਕੀਤਾ ਹੈ। ਔਰ ਅੱਗੇ ਤੋਂ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਜੋ ਵੀ ਸਾਡੀ ਡਿਊਟੀ ਲਾਉਣਗੇ ਆੜਤੀ ਐਸੋਸੀਏਸ਼ਨ ਦੀ ਬਤੌਰ ਆੜਤੀ ਐਸੋਸੀਏਸ਼ਨ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਮੈਂ ਜਿਹੜਾ ਕੋਸ਼ਿਸ਼ ਕਰਾਂਗਾ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਇਹਨਾਂ ਦੀ ਗਾਈਡਲਾਈਨ ਥੱਲੇ ਉਹਨੂੰ ਕੰਮ ਕਰਦੇ ਰਹੀਏ।